ਅਸੀਂ ਪਹਿਲਾਂ ਕਰ ਚੁੱਕੇ ਹਾਂ ਫਾਈਲ ਤੇ ਐਡਿਟ ਮੈਨੂ, ਅੱਜ ਅਸੀਂ ਕਰਾਂਗੇ ਵਿਊ ਮੈਨੂ। ਵਿਊ ਮੈਨੂ ਦੇ ਵਿੱਚ ਸਬ ਮੈਨੂ ਹਨ ਪੇਜ ਬ੍ਰੇਕ ਪ੍ਰੀਵਿਊ, ਟਾਸਕ ਪੇਨ, ਟੂਲ ਬਾਰਸ, ਫਾਰਮੂਲਾ ਬਾਰ, ਸਟੇਟਸ ਬਾਰ, ਹੈਡਰ ਐਂਡ ਫੁਟਰ, ਕਮੈਂਟਸ, ਕਸਟਮ ਵਿਊ, ਫੁੱਲ ਸਕਰੀਨ ਤੇ ਜ਼ੂਮ। ਨਾਰਮਲ ਦੇ ਵਿੱਚ ਜੋ ਵਰਕਿੰਗ ਸ਼ੀਟ ਦੇਖ ਰਹੇ ਹੋ ਇਹ ਵਿਊ ਨਾਰਮਲ ਦੇ ਵਿਊ ਨਾਲ ਜਾਣਿਆ ਜਾਂਦਾ ਹੈ, ਇਸ ਨੂੰ ਹੀ ਅਸੀਂ ਨਾਰਮਲ ਵਿਊ ਕਹਿੰਦੇ ਹਾਂ। ਇਸ ਤੋਂ ਬਾਅਦ ਸਾਡੇ ਕੋਲ ਹੈ ਪੇਜ ਬ੍ਰੇਕ ਪ੍ਰੀਵਿਊ। ਪੇਜ ਬ੍ਰੇਕ ਪ੍ਰੀਵਿਊ ਜੋ ਸਾਨੂੰ ਸ਼ੋ ਕਰਦਾ ਹੈ ਕਿ ਸਾਡੀ ਪੇਜ ਬ੍ਰੇਕ ਕਿੱਥੋਂ ਤੱਕ ਲੱਗੀ ਹੋਈ ਹੈ। ਜਦੋਂ ਅਸੀਂ ਪੇਜ ਬ੍ਰੇਕ ਪ੍ਰੀਵਿਊ ਤੇ ਕਲਿੱਕ ਕਰਾਂਗੇ ਤੇ ਤੁਹਾਡੇ ਸਾਹਮਣੇ ਇਸ ਤਰੀਕੇ ਨਾਲ ਪੇਜ ਬ੍ਰੇਕ ਪ੍ਰੀਵਿਊ ਸ਼ੋ ਹੋ ਸਕਦਾ ਹੈ। ਇਸ ਵਿੱਚ ਜੋ ਤੁਸੀਂ ਬਲੂ ਲਾਈਨ ਦੇਖ ਰਹੇ ਹੋ, ਅਗਰ ਤੁਸੀਂ ਇਸ ਨੂੰ ਮਾਊਸ ਕਲਿੱਕ ਨਾਲ ਪ੍ਰੈਸ ਕਰਕੇ ਇਸ ਤੋਂ ਬਾਅਦ ਇਸ ਨੂੰ ਡਰੈਗ ਕਰਕੇ ਨੀਚੇ ਖੜਦੇ ਹੋ ਤਾਂ ਤੁਹਾਡੇ ਸਾਹਮਣੇ ਪੇਜ 1 ਤੇ ਪੇਜ 2 ਸ਼ੋ ਹੋ ਜਾਵੇਗਾ। ਇਸ ਵਿੱਚ ਤੁਸੀਂ ਦੇਖ ਰਹੇ ਹੋ ਕਿ ਪੇਜ 1 ਤੇ ਸਿਰਫ ਸਟੇਟ ਤੱਕ ਹੀ ਸ਼ੋ ਹੋ ਰਿਹਾ ਹੈ, ਜਦਕਿ ਜੋ ਬਾਕੀ ਦਾ ਡਾਟਾ ਹੈ ਪੇਜ 2 ਤੇ ਸ਼ੋ ਹੋ ਰਿਹਾ ਹੈ। ਅਗਰ ਅਸੀਂ ਫਾਈਲ ਵਿੱਚ ਪ੍ਰਿੰਟ ਪ੍ਰੀਵਿਊ ਦੇ ਵਿੱਚ ਜਾ ਕੇ ਦੇਖਾਂਗੇ ਤਾਂ ਤੁਹਾਡੇ ਸਾਹਮਣੇ ਸਟੇਟ ਤੱਕ ਪੇਜ ਸ਼ੋ ਹੋਵੇਗਾ। ਦੂਸਰਾ ਪੇਜ ਹੈ ਉਸ ਉੱਪਰ ਕੰਟਰੀ, ਪਿੰਨ ਕੋਡ, ਫੋਨ ਕੋਡ, ਫੋਨ ਨੰਬਰ, ਮੋਬਾਈਲ ਨੰਬਰ ਦੂਸਰੇ ਪੇਜ ਤੇ ਸ਼ੋ ਹੋਵੇਗਾ। ਅਗਰ ਇਸ ਨੂੰ ਅਸੀਂ ਬਿਲਕੁਲ ਸੈਂਟਰ ਵਿੱਚ ਜੋ ਬਲੂ ਲਾਈਨ ਆ ਰਹੀ ਹੈ ਇਸ ਉੱਪਰ ਕਲਿੱਕ ਨਾਲ ਪ੍ਰੈਸ ਕਰਨ ਤੋਂ ਬਾਅਦ ਅਗਰ ਇਸ ਨੂੰ ਅਸੀਂ ਡਰੈਗ ਕਰਕੇ ਇਸ ਤੋਂ ਅਗਲੇ ਕਾਲਮ ਤੱਕ ਲੈ ਜਾਵਾਂਗੇ ਤਾਂ ਇਸ ਨਾਲ ਕੀ ਹੋਏਗਾ ਕਿ ਜੋ ਪੇਜ 1 ਹੈ ਉਹ ਇੱਕ ਹੀ ਪੇਜ ਤੇ ਸ਼ੋ ਹੋਵੇਗਾ। ਇਸ ਤਰੀਕੇ ਨਾਲ ਅਸੀਂ ਪੇਜ ਬ੍ਰੇਕ ਪ੍ਰੀਵਿਊ ਦਾ ਇਸਤੇਮਾਲ ਕਰਦੇ ਹਾਂ। ਜਦੋਂ ਅਸੀਂ ਨਾਰਮਲ ਵਿਊ ਕਰਾਂਗੇ ਤਾਂ ਬਿਲਕੁਲ ਨਾਰਮਲ ਵਿਊ ਤੁਹਾਡੇ ਸਾਹਮਣੇ ਆ ਜਾਵੇਗਾ। ਇਸ ਤੋਂ ਤੁਹਾਨੂੰ ਕਲੀਅਰ ਹੋ ਚੁੱਕਾ ਹੋਵੇਗਾ ਕਿ ਨਾਰਮਲ ਤੇ ਪੇਜ ਬ੍ਰੇਕ ਪ੍ਰੀਵਿਊ ਦਾ ਇਸਤੇਮਾਲ ਅਸੀਂ ਕਿਸ ਲਈ ਕਰਦੇ ਹਾਂ। ਹੁਣ ਨੈਕਸਟ ਚੱਲਦੇ ਹਾਂ ਅਸੀਂ ਨੈਕਸਟ ਸਬ ਮੈਨੂ ਟਾਸਕ ਪੇਨ। ਤੁਸੀਂ ਟਾਸਕ ਪੇਨ ਤੇ ਕਲਿੱਕ ਕਰੋਗੇ ਤਾਂ ਰਾਈਟ ਸਾਈਡ ਤੁਹਾਡੇ ਇੱਕ ਵਿੰਡੋ ਓਪਨ ਹੋ ਜਾਵੇਗੀ, ਜਿਸ ਦੀ ਜ਼ਿਆਦਾ ਜਾਣਕਾਰੀ ਅਸੀਂ ਤੁਹਾਨੂੰ ਮਾਈਕਰੋਸਾਫਟ ਆਫਿਸ ਵਰਡ ਵਿੱਚ ਵੀ ਦੇ ਚੁੱਕੇ ਹਾਂ। ਅਗਰ ਇਸ ਜਗ੍ਹਾ ਤੋਂ ਅਸੀਂ ਟਾਸਕ ਪੇਨ 'ਚ ਹੈਲਪ ਫੰਕਸ਼ਨ ਦਾ ਇਸਤੇਮਾਲ ਕਰਨਾ ਜਾਂ ਸਰਚ ਰਿਜ਼ਲਟਸ, ਇਸ ਵਿੱਚ ਜਿਸ ਵੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੋਵੇ ਤੁਸੀਂ ਇਸ ਐਰੋ 'ਤੇ ਕਲਿੱਕ ਕਰਕੇ ਉਸ ਨੂੰ ਓਪਨ ਕਰ ਸਕਦੇ ਹੋ। ਇਸ ਤਰੀਕੇ ਨਾਲ ਅਸੀਂ ਟਾਸਕ ਪੇਨ ਆਪਸ਼ਨ ਦਾ ਇਸਤੇਮਾਲ ਕਰਦੇ ਹਾਂ। ਅਗਰ ਤੁਸੀਂ ਇਸ ਨੂੰ ਔਰ ਜ਼ਿਆਦਾ ਜਾਣਕਾਰੀ ਲਈ ਵੇਖਣਾ ਚਾਹੁੰਦੇ ਹੋ ਤਾਂ ਮਾਈਕਰੋਸਾਫਟ ਆਫਿਸ ਵਰਡ ਦੇ ਵਿੱਚ ਟਾਸਕ ਪੇਨ ਆਪਸ਼ਨ ਬਹੁਤ ਅੱਛੀ ਤਰੀਕੇ ਨਾਲ ਕਰਵਾਈ ਗਈ ਹੈ, ਤੁਸੀਂ ਉਸ ਵਿੱਚ ਦੇਖ ਸਕਦੇ ਹੋ। ਨੈਕਸਟ ਹੈ ਟੂਲ ਬਾਰਸ। ਜਿੱਦਾਂ ਕਿ ਤੁਹਾਨੂੰ ਅਸੀਂ ਆਲਰੇਡੀ ਦੱਸ ਚੁੱਕੇ ਹਾਂ, ਇਸ ਨੂੰ ਅਸੀਂ ਟਾਈਟਲ ਬਾਰ ਕਹਿੰਦੇ ਹਾਂ, ਇਸ ਨੂੰ ਅਸੀਂ ਫਾਈਲ ਮੈਨੂ ਕਹਿੰਦੇ ਹਾਂ, ਅਤੇ ਇਸ ਨੂੰ ਅਸੀਂ ਸਟੈਂਡਰਡ ਟੂਲ ਬਾਰ, ਇਹ ਹੈ ਫਾਰਮੈਟਿੰਗ ਟੂਲ ਬਾਰ, ਇਹ ਹੈ ਫਾਰਮੂਲਾ ਬਾਰ, ਇਸ ਨੂੰ ਅਸੀਂ ਨੇਮ ਬਾਕਸ ਦੇ ਨਾਮ ਨਾਲ ਕਾਲਿੰਗ ਕਰਦੇ ਹਾਂ, ਇਹ ਹੈ ਡਰਾਇੰਗ ਟੂਲ ਬਾਰ ਅਤੇ ਇਹ ਹੈ ਸਟੇਟਸ ਬਾਰ। ਜਦੋਂ ਅਸੀਂ ਵਿਊ ਦੇ ਵਿੱਚ ਜਾ ਕੇ ਟੂਲ ਬਾਰਸ ਆਪਸ਼ਨ ਦੇ ਵਿੱਚ ਜਾ ਕੇ ਤੁਸੀਂ ਦੇਖ ਰਹੇ ਹੋ ਕਿ ਸਟੈਂਡਰਡ ਟੂਲ ਬਾਰ, ਫਾਰਮੈਟਿੰਗ ਟੂਲ ਬਾਰ ਅਤੇ ਡਰਾਇੰਗ ਟੂਲ ਬਾਰ 'ਤੇ ਕਲਿੱਕ ਲੱਗਾ ਹੋਇਆ ਹੈ, ਜਿਸ ਕਰਕੇ ਇਹ ਤਿੰਨੇ ਟੂਲ ਬਾਰਸ ਤੁਹਾਨੂੰ ਦਿਖਾਈ ਦੇ ਰਹੀਆਂ ਹਨ। ਅਗਰ ਮੈਂ ਸਟੈਂਡਰਡ ਟੂਲ ਬਾਰ ਤੋਂ ਕਲਿੱਕ ਰਿਮੂਵ ਕਰ ਦੇਵਾਂਗਾ ਤਾਂ ਇਸ ਨਾਲ ਕੀ ਹੋਏਗਾ ਕਿ ਸਟੈਂਡਰਡ ਟੂਲ ਬਾਰ ਇਸ ਜਗ੍ਹਾ ਤੋਂ ਹਾਈਡ ਹੋ ਜਾਵੇਗੀ। ਅਗਰ ਮੈਂ ਵਿਊ ਦੇ ਵਿੱਚ ਜਾ ਕੇ ਫਿਰ ਤੋਂ ਸਟੈਂਡਰਡ ਟੂਲ ਬਾਰ 'ਤੇ ਕਲਿੱਕ ਲਗਾ ਦੇਵਾਂਗਾ ਤਾਂ ਉਹ ਫਿਰ ਤੋਂ ਦੁਬਾਰਾ ਵਾਪਸ ਆ ਜਾਵੇਗੀ। ਇਸ ਤਰੀਕੇ ਨਾਲ ਅਗਰ ਸਾਨੂੰ ਕਿਸੇ ਵੀ ਟੂਲ ਬਾਰ ਜੋ ਸਾਡੇ ਦਿਖਾਈ ਨਹੀਂ ਦੇ ਰਹੀ, ਲਾਈਕ ਪਿਕਚਰ ਟੂਲ ਬਾਰ ਜਾਂ ਚਾਰ ਟੂਲ ਬਾਰ ਜਾਂ ਫਾਰਮੈਟਿੰਗ ਟੂਲ ਬਾਰ, ਲਾਈਕ ਤੁਸੀਂ ਦੇਖਿਆ ਮੈਂ ਫਾਰਮੈਟ ਟੂਲ ਬਾਰ 'ਤੇ ਕਲਿੱਕ ਕੀਤਾ ਤਾਂ ਫਾਰਮੈਟ ਟੂਲ ਬਾਰ ਰਿਮੂਵ ਹੋ ਗਈ, ਮੈਂ ਦੁਬਾਰਾ ਤੋਂ ਫਾਰਮੈਟਿੰਗ ਟੂਲ ਬਾਰ 'ਤੇ ਕਲਿੱਕ ਕੀਤਾ ਤਾਂ ਦੁਬਾਰਾ ਤੋਂ ਫਾਰਮੈਟਿੰਗ ਟੂਲ ਬਾਰ ਆ ਗਏ। ਇਸ ਤਰੀਕੇ ਨਾਲ ਵਿਊ ਦੇ ਵਿੱਚ ਜਿਸ ਵੀ ਟੂਲ ਬਾਰ ਨੂੰ ਅਸੀਂ ਹਾਈਡ ਕਰਨਾ ਹੋਵੇ ਜਾਂ ਸ਼ੋ ਕਰਨਾ ਹੋਵੇ ਉਸ ਲਈ ਅਸੀਂ ਟੂਲ ਬਾਰ ਸਬ ਮੈਨੂ ਦਾ ਇਸਤੇਮਾਲ ਕਰਦੇ ਹਾਂ। ਇਸ ਤੋਂ ਬਾਅਦ ਸਾਡੇ ਕੋਲ ਹੈ ਫਾਰਮੂਲਾ ਬਾਰ, ਇਸ ਨੂੰ ਅਸੀਂ ਫਾਰਮੂਲਾ ਬਾਰ ਦੇ ਨਾਲ ਨਾਲ ਜਾਣਦੇ ਹਾਂ। ਅਗਰ ਵਿਊ ਦੇ ਵਿੱਚ ਜਾ ਕੇ ਅਸੀਂ ਫਾਰਮੂਲਾ ਬਾਰ ਤੋਂ ਕਲਿੱਕ ਰਿਮੂਵ ਕਰ ਦੇਵਾਂਗੇ ਤਾਂ ਫਾਰਮੂਲਾ ਬਾਰ ਰਿਮੂਵ ਹੋ ਜਾਵੇਗੀ, ਅਗਰ ਦੁਬਾਰਾ ਕਲਿੱਕ ਲਗਾ ਦੇਵਾਂਗੇ ਤਾਂ ਫਾਰਮੂਲਾ ਬਾਰ ਦੁਬਾਰਾ ਤੋਂ ਆ ਜਾਵੇਗੀ।